ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਦਾਜ ਦੇ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਨੂੰ ਕਾਬੂ ਕਰਨ ਗਏ ਪੁਲਿਸ ਪਾਰਟੀ ਨਾਲ ਹੋਏ ਧੱਕਾ ਮੁੱਕੀ ਹੋਮਗਾਰਡ ਜਵਾਨ ਦੀ ਵਰਦੀ ਦੇ ਬਟਨ ਟੁੱਟਣ ਤੇ ਤਿੰਨ ਮਹਿਲਾਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਸੰਬੰਧੀ ਥਾਣਾ ਹਰੀਕੇ ਦੇ ਐਸਐਚਓ ਮੈਡਮ ਸੁਨੀਤਾ ਰਾਣੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਸੰਬੰਧੀ ਤਿੰਨ ਮਹਿਲਾਵਾਂ ਗੁਰਮੀਤ ਕੌਰ ਕੁਲਬੀਰ ਕੌਰ ਤੇ ਸਮਾਈਲਪ੍ਰੀਤ ਕੌਰ ਖਿਲਾਫ ਮਾਮਲਾ ਦਰਜ ਕਰ ਉਕਤ ਮਹਿਲਾਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਖਿਲਾਫ ਜਿਹੜਾ ਪੁੱਤਰਕ ਇਹਨਾਂ ਦੇ ਔਰਤਾਂ ਜਿਹੜੀਆਂ ਜਿਹਨਾਂ ਘਰ ਰੇਡ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਕੀ ਮਾਮਲਾ ਜਿਹੜਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਇਹਦੇ ਵਿੱਚ ਜੀ ਅਸੀਂ 42/23 ਕੇਸ ਰਜਿਸਟਰ ਕੀਤਾ ਹੈਗਾ ਵਾ ਜਿਹੜਾ ਕਿ ਆਪਣੀਆਂ ਆਈਪੀਸੀ ਦੀਆਂ ਧਰਾਵਾਂ 353 186 342 325 34 ਆਈਪੀਸੀ ਦੇ ਤਹਿਤ ਅਸੀਂ ਮੁਕੱਦਮਾ ਦਰਜ ਕਰ ਲਿਆ ਤਿੰਨਾਂ ਲੇਡੀਜ਼ ਦੇ ਖਿਲਾਫ ਤੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ ਰਹਿਣ ਵਾਲੇ ਸੰਜੀਵ ਕੁਮਾਰ ਮਿੱਡਾ ਦੀ ਪੁੱਤਰੀ ਨਾਮਿਆ ਮਿੱਡਾ ਨੇ ਨੋਇਡਾ ਫਿਲਮ ਸਿਟੀ ਵਿਖੇ ਹੋਏ ਮਿਸ ਇੰਡੀਆ ਸੁਪਰ ਮਾਡਲ ਮੁਕਾਬਲੇ 2023 ਵਿੱਚ ਭਾਗ ਲੈ ਕੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ ਨਾ ਇਸ ਮੁਕਾਬਲੇ ਵਿੱਚ ਨਾਮਿਆ ਨੂੰ ਮਿਸ ਬਿਊਟੀਫੁਲ ਸਮਾਈਲ ਇੰਡੀਆ ਦਾ ਖਿਤਾਬ ਵੀ ਮਿਲਿਆ ਅਦਾਕਾਰਾ ਨੇਹਾ ਧੂਪੀਆ ਪ੍ਰਿੰਸ ਨਰੂਲਾ ਅਤੇ ਮਸ਼ਹੂਰ ਮੇਕਅਪ ਆਰਟਿਸਟ ਭੂਮਿਕਾ ਬਹਿਲ ਇਸ ਮੁਕਾਬਲੇ ਵਿੱਚ ਜੱਜ ਸਨ ਨਾਮਿਆ ਮਿੱਡਾ ਨੇ ਇਹ ਇੰਡੀਆ ਮਿਸ ਇੰਡੀਆ ਸੁਪਰ ਮਾਡਲ 2023 ਕਾ ਕੰਪੀਟੀਸ਼ਨ ਥਾ ਜਿਸ ਮੇ ਮੁਝੇ ਮਿਸ ਬਿਊਟੀਫੁਲ ਸਮਾਈਲ ਕਾ ਟਾਈਟਲ ਮਿਲਾ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਨਿਊ ਐਕਸਪੀਰੀਅੰਸ ਹੈ ਮੇਰੇ ਲਈ ਇਹ ਇਧਰ ਮਤਲਬ ਇਸ ਮਤਲਬ ਫੀਲਡ ਮੇ ਜੀਤਨਾ ਤੋ ਬਹੁਤ ਖੁਸ਼ੀ ਮਿਲ ਰਹੀ ਹੈ ਮੈਨੇ ਲਾਸਟ ਈਅਰ ਵੀ ਪਾਰਟੀਸਿਪੇਟ ਕੀਆ ਥਾ ਇੱਕ ਮਾਡਲਿੰਗ ਇਵੈਂਟ ਮੇ ਹੀ ਜਹਾਂ ਪੇ ਮੇਰੇ ਐਜ਼ ਅ ਰਨਰ ਅਪ ਅਵਾਰਡ ਦਿਆ ਗਿਆ ਥਾ ਆਫਟਰ ਦੈਟ ਮੈਂ ਥੋੜ੍ਹੀ ਦੇਰ ਰੁਕ ਗਈ ਥੀ ਬਟ ਮੇਰੇ ਪੇਰੈਂਟਸ ਨੇ ਕਿਹਾ ਕਿ ਤੂੰ ਟਰਾਈ ਕਰ ਕਿ ਤੇਰੇ ਮੇ ਟੈਲੈਂਟ ਹੈ ਤੂੰ ਕਰ ਸਕਤੀ ਹੈ ਤੋ ਫਿਰ ਮੈਨੇ ਇਸ ਵਾਰ ਦੁਬਾਰਾ ਟਰਾਈ ਕੀਆ ਫਰੋਮ ਲਾਸਟ ਮੰਥ ਸੇ ਪ੍ਰੈਕਟਿਸ ਕਰ ਰਹੀ ਥੀ ਤੋ ਅਬ ਇਹ ਵਾਰ ਮਤਲਬ ਨੋਇਡਾ ਫਿਲਮ ਸਿਟੀ ਵਾਲੇ ਮੇ ਮੈਨੇ ਪਾਰਟੀਸਿਪੇਟ ਕੀਆ ਥਾ ਮਤਲਬ ਐਸੇ ਕੁਛ ਸਪੈਸਿਫਿਕ ਨਹੀਂ ਥਾ ਬਟ ਮੈਨੇ ਹਾਰਡ ਵਰਕ ਕੀਆ ਥਾ ਤੋ ਮੁਝੇ ਥਾ ਕਿ ਚਲੋ ਐਟਲੀਸਟ ਫਾਈਨਲਸ ਤੱਕ ਤੋ ਪਹੁੰਚ ਜਾਊਂ ਜਬ ਫਾਈਨਲਸ ਤੱਕ ਪਹੁੰਚ ਗਈ ਸਭ ਕੋ ਬਹੁਤ ਅੱਛਾ ਲੱਗਾ ਉਸਕੇ ਬਾਅਦ ਟਾਈਟਲ ਮਿਲਾ ਤੋ ਬਹੁਤ ਜ਼ਿਆਦਾ ਅੱਛਾ ਲੱਗਾ ਫੈਮਿਲੀ ਕੀ ਸਪੋਰਟ ਫੈਮਿਲੀ ਕੀ ਪੂਰੀ ਸਪੋਰਟ ਹੈ ਪੇਰੈਂਟਸ ਬ੍ਰਦਰ ਸਭ ਬਹੁਤ ਕੋਆਪਰੇਟ ਕਰਤੇ ਹੈ ਮੇਰੇ ਡਿਸੀਜਨਸ ਕੇ ਸਾਥ ਬਹੁਤ ਮੋਟੀਵੇਟ ਕਰਤੇ ਹੈ ਮੁਝੇ ਐਕਚੁਅਲੀ ਆਗੇ ਬੜਨੇ ਕੇ ਲੀਏ ਮੋਟੀਵੇਟ ਕਰਤੇ ਹੈ ਸਟੱਡੀ ਕੋ ਕੈਸੇ ਮੈਨੇਜ ਕਰਤੇ ਹੋ ਸਟੱਡੀਜ਼ ਕੇ ਮਤਲਬ ਸਾਥ ਸਾਥ ਚਲਤੀ ਹੈ ਸਟੱਡੀ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਕਿ ਮੇਰਾ ਬੱਚਾ ਬਹੁਤ ਵਧੀਆ ਆਪਦੇ ਦਮ ਤੇ ਆਪਦੇ ਕੌਨਫੀਡੈਂਸ ਨਾਲ ਗਰੋਥ ਕਰ ਰਿਹਾ ਹੈ ਇਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ ਔਰ ਮੈਂ ਚਾਹੁੰਦਾ ਕਿ ਮੇਰਾ ਬੱਚਾ ਇੱਦਾਂ ਹੀ ਆਪਦੇ ਸੋਚ ਮੁਤਾਬਕ ਅੱਗੇ ਵੱਧਦਾ ਜਾਵੇ ਇਹ ਜੀ 10th ਵਿੱਚ 10th ਤੋਂ ਤਕਰੀਬਨ ਇਹਨੂੰ ਸ਼ੌਂਕ ਪੈਣਾ ਸ਼ੁਰੂ ਹੋਇਆ ਪਲੱਸ 1 ਤੇ ਜਾ ਕੇ ਇਹਨੇ ਜਿਹੜਾ ਕੰਪੀਟ ਕੀਤਾ ਤੇ ਹੁਣ ਪਲੱਸ 2 ਦੇ ਵਿੱਚ ਇਹਦੀ ਆਹ ਅਚੀਵਮੈਂਟ ਹੈ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਪੇਰੈਂਟਸ ਦੇ ਨਾਲ ਨਾਲ ਇਹਨੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਅਗਰ ਮੈਂ ਸੱਚ ਦੱਸਾਂ ਤਾਂ ਜਦੋਂ ਬਹੁਤ ਛੋਟੀ ਸੀ ਕਰੀਬ ਲਗਾ ਲਓ 2nd ਜਾਂ 3rd ਕਲਾਸ ਸੀ ਉਦੋਂ ਤੋਂ ਹੀ ਇਹਦੇ 'ਚ ਕੀ ਸੀ ਕਿ ਖੁਦ ਦੀ ਕੌਮਿੰਗ ਕਰਕੇ ਆਪਣੇ ਆਪ ਜਾਣਾ ਆਪਣਾ ਕੰਮ ਖੁਦ ਕਰਨਾ ਮੈਂ ਇਹਨਾਂ ਨੂੰ ਹੱਸਦੇ ਹੁੰਦੇ ਸੀ ਮੈਂ ਕਿਹਾ ਕੁੜੀਆਂ ਇੰਨੀ ਛੋਟੀ ਉਮਰ 'ਚ ਆਪਣਾ ਕੰਮ ਕਰ ਰਹੀ ਹੈ ਵੀ ਪਤਾ ਨਹੀਂ ਇੱਕ ਅਲੱਗ ਜਿਹਾ ਬੱਚਾ ਹੈ ਤੇ ਮਤਲਬ ਸਭ ਕੁਛ ਦੇਖ ਰਿਹਾ ਸੀ ਡਰਾਇੰਗ ਤਾਂ ਇੰਨੀ ਅੱਛੀ ਕਿਸੇ ਦੀ ਵੀ ਪਿਕ ਬਣਾ ਲਏਗੀ ਡਾਂਸ 'ਚ ਵੀ ਅੱਛੀ ਹਰ ਕੰਪੀਟੀਸ਼ਨ 'ਚ ਅੱਗੇ ਆਉਣਾ ਸਪੋਰਟਸ ਤੱਕ ਵੀ ਖੇਲੀ ਹੋਈ ਹੈ ਸੋ ਪਤਾ ਨਹੀਂ ਕੁਛ ਲੱਗਦਾ ਸੀ ਕਿ ਕੁਛ ਹੈ ਇਹਦੇ ਵਿੱਚ ਤੇ ਉਹ ਅੱਜ ਆਪਾਂ ਸਭ ਨੂੰ ਦਿਖ ਵੀ ਰਿਹਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੇ ਪੁਲਿਸ ਨੇ ਇਮੀਗ੍ਰੇਸ਼ਨ ਦੇ ਇੱਕ ਅਧਿਕਾਰੀ ਤੇ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ ਜੇਕਰ ਯੋਗ ਹੈ ਕਿ ਇੱਕ ਔਰਤ ਨਕੋਦਰ ਤੋਂ ਵਿਦੇਸ਼ ਆ ਰਹੀ ਸੀ ਤੇ ਇਮੀਗ੍ਰੇਸ਼ਨ ਸਕਰੀਨਿੰਗ ਦੌਰਾਨ ਇੱਕ ਅਧਿਕਾਰੀ ਨੇ ਔਰਤ ਤੇ ਪਰਸ 'ਚੋਂ ਸੋਨੇ ਦੇ ਕੰਗਣ ਚੋਰੀ ਕਰ ਲਏ ਤੇ ਜਦੋਂ ਔਰਤ ਨੇ ਫਲਾਈਟ ਵਿੱਚ ਬੈਠ ਕੇ ਆਪਣਾ ਪਰਸ ਚੈੱਕ ਕੀਤਾ ਤਾਂ ਕੰਗਣ ਨਹੀਂ ਸਨ ਪਰ ਔਰਤ ਵਿਦੇਸ਼ ਪਹੁੰਚ ਗਈ ਉੱਥੇ ਜਾ ਕੇ ਉਸਨੇ ਸ਼ਿਕਾਇਤ ਦਰਜ ਕਰਵਾਈ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਉਸ ਵਿੱਚ ਸਾਫ਼ ਦਿਖਾਈ ਦਿੱਤਾ ਕਿ ਉਕਤ ਕਰਮਚਾਰੀ ਸੋਨੇ ਦੇ ਕੰਗਣ ਚੋਰੀ ਕਰ ਰਿਹਾ ਹੈ ਬਹਰਹਾਲ ਉਸ ਨੂੰ ਗ੍ਰਿਫਤਾਰ ਕਰਕੇ ਸੋਨੇ ਦੇ ਕੰਗਣ ਵੀ ਬਰਾਮਦ ਕਰ ਲਏ ਹਨ ਦੇਖੋ ਜੀ ਕੱਲ ਮਿਤੀ 23/5/2023 ਨੂੰ ਸਾਨੂੰ ਜਸਬੀਰ ਕੌਰ ਨਾਮ ਦੀ ਲੇਡੀ ਜੋ ਕਿ ਨਕੋਦਰ ਦੀ ਰਹਿਣ ਵਾਲੀ ਆ ਇਹਨਾਂ ਨੇ ਸਾਡੇ ਇਨਵੈਸਟੀਗੇਟਿੰਗ ਆਫਿਸਰ ਨੂੰ ਆਪਣਾ ਸਟੇਟਮੈਂਟ ਲਿਖਵਾਈ ਕਿ ਉਹਨਾਂ ਨੇ 22 ਤਰੀਕ ਨੂੰ ਆਪਣੀ ਮਾਤਾ ਸੇਵਾ ਕੌਰ ਨੂੰ ਜੋ ਕਿ ਲੰਡਨ ਤੋਂ ਇੱਥੇ ਆਏ ਸੀਗੇ ਉਹਨਾਂ ਨੂੰ ਉਹ ਚੜ੍ਹਾਉਣ ਲਈ ਇੱਥੇ ਅੰਮ੍ਰਿਤਸਰ ਏਅਰਪੋਰਟ ਆਏ ਸੀਗੇ ਜਿੱਥੋਂ ਉਹਨਾਂ ਦੀ ਮਾਤਾ ਸੇਵਾ ਕੌਰ ਦੀ ਲੰਡਨ ਗੈਟਵਿਕ ਏਅਰਪੋਰਟ ਦੀ ਫਲਾਈਟ ਸੀ ਫਲਾਈਟ ਦਾ ਏਅਰ ਇੰਡੀਆ ਦੀ ਫਲਾਈਟ ਸੀ ਉਹਨਾਂ ਦੀ ਪਰਸੋਂ 1:30 ਵਜੇ ਦੀ
जिदे संबंधी वो अपने फैमिली मैंबरस के नाल अपनी माता इतने एयरपोर्ट पर छड़न आए थे। तो ये रिगार्डिंग उन्होंने सानू दसिया कि उन्होंने माता जो उन्होंने एयरपोर्ट तो डिपार्चर तो जिमें भेजता से अंदर उस तो बाद उन्होंने बोर्डिंग होने बाद जो लंडन गए तो लंडन तो उन्होंने फोन कॉल रिसीव हुई उन्होंने कि इतने अमृतसर एयरपोर्ट के डिपार्चर के दौरान उन्होंने जो बैगेज स्क्रीनिंग वगैरह हुई तो उन्होंने जो व्हीलचेयर के नाल उन्होंने लोडर जो बतौर असिस्टेंट उन्होंने नाल लगा सीगा उन्हें बैगेज स्क्रीनिंग के दौरान उन्होंने दो कड़े जोड़े सके वो विश्वासघात के नाल क्रिमिनल ब्रीच ऑफ ट्रस्ट के नाल जोड़े आतों गबन कर ले जिदे रिगार्डिंग सानू कंप्लेट मिलने स्टेटमेंट उन्होंने लिखाण से आप इमीडिएटली जी एफ आई आर रजिस्टर करके तो इन्वेस्टिगेशन शुरू की सी। तो दौराने तफतीश साढ़े वालों साइंटिफिक विज्ञानक तरीकों के नाल सीसीटीवी फुटेजों खंगालन तो बाद तफतीश के दौरान गुरप्रीत सिंह नाम का लड़का जो कि पिंड उमरपुरे का रहने वाला है तो इतने अंदर एयर इंडिया के अपना एयरपोर्ट के अंदर जोड़ा लोडर का काम करता है उन्होंने जोड़ा आइडेंटिफाई करके अरैसट करके वो जोड़ा वा दो कड़े जोड़े आ बरामद किए गए ने ते बाकी इन्वेस्टिगेशन चल रही है जी। सर जो स्क्रीनिंग होंगी है सर वो इन्हें किस तरह चोरी की सर चोरी ये जिमें जी इतने इंटरनल सिक्योरिटी का चलो प्रोसीजर है एक टोटली सारे जोड़े आर्टिकल्स होंगे ने किसी के भी जो परसनल सर्च के जो भी आारे के सारे बैगेज स्क्रीनिंग होकर तो सिक्योरिटी होल्डिंग एरिया जो बैगेज स्क्रीनिंग होकर अगले पास जाते हैं जिते लोडर जोड़ा वा उन्होंने सारे आर्टिकल्स जोड़े आ उ बैगेज स्क्रीनिंग के दौरान उत्थे डिपॉजिट करा के दूसरी साइड पर जो उन्हें आर्टिकल रिसीव किए तो उस दौरान ही उन्हें जोड़ा वा बाकी आर्टिकल्स से सारे जोड़े उन्होंने पर्स में पाते तो उन्होंने प्रोवाइड करते तो दो जड़िया चूड़िया से उन्हें विश्वासघात के नाल जोड़े उतों जो गैप कर लिया से अपने। डॉक्टर मनोज निसारी एडवाइजर आयुष मिनिस्ट्री ऑफ आयुष वधीक सकत्तर रैंक वालों जिला रेड क्रॉस सोसाइटी गुरदासपुर वालों चलाए जा रहे नशा छुड़ाऊ केंद्र बब्बे हाली का दौरा किया गया। इस मौके उन्होंने पंजाब के आयुष विभाग के डायरैक्टर डॉक्टर रवि कुमार मिसेज कविता खन्ना आर्ट ऑफ लिविंग फाउंडेशन के नुमाइंदे भी हाजिर सन। अपनी फेरी दौरान डॉक्टर मनोज निसारी ने रेड क्रॉस नशा छुड़ाऊ केंद्र के प्रबंधों का जायजा लिया इतने मरीजों को दी जा रही सहूलतों भी देखा गया। हम यहाँ आज आए हैं रेड क्रॉस डी एडिक्शन सेंटर जो है गुरदासपुर में जो रमेश महाजन जी चला रहे और हमारे यहाँ आयुष मिनिस्ट्री के जॉइंट सेक्रेटरी मनोज मेसरी जी भी आए हैं उनके डायरेक्टर जो चंडीगढ़ के हैं आयुष के वो भी आए हैं यहाँ और हम टीसी साहब भी आए थे टीसी हिमांशु अग्रवाल गुरदासपुर के और हमारी मीटिंग ये हुई है कि हमें एक तो प्रिवेंशन चाहिए ड्रग्स के लिए क्योंकि ये जो नशा चल रहा है मतलब जो अनफॉर्चुनेटली फैला हुआ है वो उसको हमें ये रोकना है बिल्कुल बंद करना है तो एक तो है प्रिवेंशन के मेजर्स हम क्या कर सकते हैं और इस पर काफ़ी चर्चा हुई इस पर अनेक सुझाव भी हुए। डीसी साहब ने वैसे भी कई स्टेप्स लगाए हैं जहाँ जैसे कि एक हॉटलाइन जहाँ अगर किसी ने देखा कि कोई डीलिंग या सेल हो रहा है ड्रग्स का तो तुरंत अनोनमसली वो बता सकते हैं और उनका पूरा बॉर्डर विलेजेस में एक प्लान बना हुआ है तो ये सब हमने शेयर किया है। और हम क्या कर सकते तो एक ये भी सुझाव था कि हर स्कूल्स में जब बच्चे उस वल्नरेबल एज में हैं वहाँ जाकर उनको एक लेक्चर दिया जाए कि ये इसमें ये चीज़ आपको नहीं करनी चाहिए और जो लोग ड्रग्स में पड़े हैं उसके मैं बहुत आभारी हूँ आपकी नेसी जी मनोज नेसी जी कि आप यहाँ आए हैं क्योंकि कभी कभी एलोपैथी में थोड़ा सा प्रॉब्लम आता है जो ड्रग डी एडिक्शन के लिए एडमिट हुए हो जो मेडिसिन ले रहे हैं कि क्योंकि वो हर एक का एडिक्शन लेवल और उनके ब्रेन में क्या असर होता है वो केमिकल्स जो उनके ब्रेन में होते हैं वो अलग अलग होते हैं तो डोजेज स्टैंडर्डाइज करना थोड़ा सा मुश्किल होता है और उसमें क्या होता है कि वो कभी कभी उस जो मेडिसिन दे रहे हैं उनको ताकि उनको नींद ना आए ताकि उनको वो क्रेविंग ना आए उनको उसी दवाई का एडिक्शन हो जाता है तो उससे फिर से प्रॉब्लम होती है। तो नेसी जी का ये सुझाव है और इस पर वो पूरा सपोर्ट देंगे कि एक ऐसा प्रोटोकॉल बनाया जाए जो साइंटिफिक हो और जिसका वैलिडेशन भी हुआ हो
कि पहले हम कुछ दिनों के लिए तो एलोपैथी देना चाहिए, लेकिन एलोपैथी कम करते हुए आयुर्वेद की दवाई भी उसमें करें। जिला तरन तारण के विधानसभा हलका केमकरन के पिंड करियाला नज़दीक पैंदे पिंड ठट्ठा विखे एक अजिहा तरसयोग मामला सामने आया जिसनों वेख के तुहाडे रूह कंडे खड़े हो जाणगे, क्योंकि इस चंगे भले हसदे वसदे घर नूं उस वेले नज़र लग गई जदों घर के मुखिया की कुछ साल पहला दिल का दौरा पैट जाण कारण मौत हो गई, जिस तों बाद परिवार गरीबी वल तुरिया गया कि हुण इह परिवार जिथे दो वक्त की रोटी तो भी आतर होया पिया है, उत्थे ही अपने बच्चों का एक ढिड भरन लई दो वक्त की रोटी कमा के घर आउंदे समय विधवा औरत का पैर तिलक जाण कारण दो थावां तो उसकी लत टुट गई, जिस कारण बच्चों को खवाउण जोगी रोटी तो भी यह परिवार आतर हो गया है। इन्हां NRI परिवारों को मदद की अपील की गुहार लगाई है। की नाम भैन जी तुहाडा? लखविंदर कौर। की गल होई आ मंजे ते पै गए? मेरे वीर दी सट लगी, इस तरह घर काम करके आउण डे सां ते मीं बारिश होई ते पैर तिलक गया, सट लग गई। 3 महीने तो मंजे ते पए आ, तो इलाज हुण आउण वाली जोड़ भी नहीं पिया, फिर कितें जाया भी नहीं गया, बाद डॉक्टर दे कोल पैसे नाल जाना सी ते बंदा सत्ते नहीं गा कमाई करने वाला, आप ही मैं कमाई करती हाँ, आप ही लियाई सब बारों। 3 महीने हो गए मंजे ते पए आ, ते हुण कोई किसी बंदे को पैसा भी नहीं आता। किन्ने बच्चे? किन्ने? 3 बच्चे ते एक काका। हुण की मांग की करदे तुसीं? मांग ते इहो ही आ कि दूसरा साडी वध तों वध हैल्प कीती जावे, मेरा इलाज होवे। होर कोई नहीं। मोबाइल नंबर किन्ना तुहाडा? 7582 45518। फिर दसो। 7582 45518। काके तेरा? शरणजीत कौर। केड़ा पिंड? ठट्ठा। ये जेड़े मंजे ते ने की लगदे तुहाडे? ये मेरे मम्मा जी लगदे ने। की गल होई इहनां? ਇਹਨਾਂ ਨੂੰ ਸੱਟ ਲੱਗੀ ਆ, ਇਹਨਾਂ ਦੇ ਦੋਵਾਂ ਥਾਂ ਲੱਤ ਟੁੱਟ ਗਈ ਆ। ਕਿਸ ਤਰ੍ਹਾਂ ਟੁੱਟੀ ਲੱਤ? ਇਹ ਮੈਨੇ ਕਿੱਦਾਂ ਹੀ ਗਲੀ 'ਚ ਡਿੱਗ ਪਿਆ ਸੀ, ਬਾਰਿਸ਼ ਦੇ ਵਾਰ ਚੱਕਰ ਹੋਇਆ ਸੀ ਗਲੀ 'ਚ। ਅਤੇ ਇਲਾਜ ਕਿਉਂ ਨਹੀਂ ਕਰਾਉਂਦੇ? ਇਲਾਜ ਕਰਾਉਂਦੇ। ਅਤੇ ਡੈਡੀ ਕਿਸੇ ਨੇ ਤੁਹਾਡੇ? ਡੈਡੀ ਦੀ ਡੈਥ ਹੋਈ ਆ। ਅੱਛਾ, ਅਤੇ ਕਿੰਨੀਆਂ ਭੈਣਾਂ ਤੁਸੀਂ? ਅਸੀਂ 3 ਭੈਣਾਂ ਅਤੇ 1 ਭਰਾ ਆ। ਇਹ ਮੰਜੇ 'ਤੇ ਕਿੰਨੇ ਚਿਰ ਤੋਂ ਇਸ ਤਰ੍ਹਾਂ ਪਏ ਨੇ? 3-2.5 ਮਹੀਨੇ ਹੋ ਗਏ ਆ। ਰੋਟੀ ਪਾਣੀ ਦਾ ਕਿਵੇਂ ਸਰਦਾ? ਕਦੇ ਕਿਤੇ ਤੋਂ ਲੈ ਆਉਂਦਾ ਤੇ ਕਦੇ ਕਿਤੇ ਪੈਸੇ ਲੈ ਕੇ ਪਾ ਲਈ। ਹੁਣ ਕੀ ਮੰਗ ਕੀ ਕਰਦੇ? ਬਸ ਸਾਡੀ ਮੰਮੀ ਦਾ ਇਲਾਜ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਮੋਬਾਈਲ ਨੰਬਰ ਚੇਤਾ ਕੋਈ? ਹਾਂਜੀ। ਕਿੰਨਾ ਨੰਬਰ? 7582 45518। ਫਿਰ ਦੱਸੋ। 7582 45518। ਮਨਜੀਤ ਕੌਰ। ਕਿਹੜਾ ਪਿੰਡ? ਪਿੰਡ ਛੱਟਾ। ਤੇ ਜਿਹੜੇ ਮੰਜੇ ਤੇ ਪਏ ਨੇ ਕੀ ਲੱਗਦੇ ਨੇ ਤੁਹਾਡੇ? ਇਹ ਮੇਰੀ ਬੇਟੀ। ਤੇ ਕੀ ਗੱਲ ਹੋਈ ਇਹਨਾਂ ਨੂੰ? ਇਹਨੂੰ ਮੀਂਹ ਪੈਣ ਡਿਆ ਸੀ ਅਤੇ ਆਉਣ ਡੇ ਸੀ ਤਾਂ ਪਾਏ ਤਿਲਕ ਕੇ ਡੇਗ ਪਈ ਅਤੇ ਦੋਵਾਂ ਥਾਵਾਂ 'ਤੇ ਲੱਤ ਟੁੱਟ ਗਈ। ਕਿੰਨਾ ਚਿਰ ਹੋ ਗਿਆ ਮੰਜੇ 'ਤੇ ਇਹਨਾਂ ਨੂੰ? ਮੰਜੇ 'ਤੇ ਹੋ ਗਏ 2-3.5 ਮਹੀਨੇ ਹੋ ਗਏ, ਇਲਾਜ ਕੋਨੇ ਰਾਈ ਗਈ ਵਿਚਾਰੇ ਦੇ ਪੈਸਿਆਂ ਨਾਲ ਤੇਲਾ, ਆਦਮੀ ਸਿਰ 'ਤੇ ਹੈ ਨਹੀਂ, ਮੁੱਕ ਗਿਆ ਉਹ ਵੀ, ਇਲਾਜ ਕੋਨੇ ਮੁੱਕ ਗਿਆ। ਅਤੇ 3 ਬੇਟੀ ਆ, 1 ਲੜਕਾ ਹੀ ਆ। ਅਤੇ ਇਹ ਕਦੋਂ ਦੇ ਮੰਜੇ 'ਤੇ ਇਸ ਤਰ੍ਹਾਂ ਨੇ? ਹੋ ਗਿਆ 3-3.5 ਮਹੀਨਾ ਹੋ ਗਿਆ। ਪਲਸਤਰ ਤਾਂ ਲੱਗਾ ਹੋਇਆ? ਹਾਂ ਲੱਗਾ, ਪਲਸਤਰ ਲਵਾਏ ਸੀ, ਤਾਂ ਫੜ ਤੜ ਕੇ ਪਲਸਤਰ ਲਵਾਇਆ, ਕੰਮ ਕਰਦੇ ਸੀ ਕਿਸੇ ਦੇ ਘਰ, ਤਾਂ ਜੋੜ ਨਹੀਂ ਪਿਆ। ਹੁਣ ਕੀ ਮੰਗ ਕੀ ਕਰਦੇ? ਮੰਗ ਤੁਸੀਂ ਇਲਾਜ ਕਰਾਓ ਬਸ, ਮੈਨੂੰ ਇਹੋ ਮੰਗ ਆ, ਮੇਰੀ ਧੀ ਦਾ ਇਲਾਜ ਹੋ। ਕੀਰਤੀ ਕਿਸਾਨ ਯੂਨੀਅਨ ਨੇ ਹੁਣ ਪਾਕਿਸਤਾਨ ਨਾਲ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚਕਾਰ ਲਾਂਘਾ ਖੋਲ੍ਹਣ ਦੀ ਸਿਟੀ ਵਜਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਕਿ ਪਾਕਿਸਤਾਨ ਅਤੇ ਸਾਡਾ ਸੱਭਿਆਚਾਰ ਇੱਕੋ ਜਿਹਾ ਹੈ ਅਤੇ ਗੁਜਰਾਤ ਨੂੰ ਜਾਣ ਵਾਲੀਆਂ ਸੜਕਾਂ ਹਨ, ਅਸੀਂ ਚਾਹੁੰਦੇ ਹਾਂ ਕਿ ਹੁਸਨੀਵਾਲਾ ਅਤੇ ਬਾਘਾ ਸਰਹੱਦੀ ਲਾਂਘੇ ਨੂੰ ਮੁੜ ਖੋਲ੍ਹਿਆ ਜਾਵੇ ਤਾਂ ਜੋ ਪਾਕਿਸਤਾਨ ਵਿੱਚ ਗਰੀਬੀ ਅਤੇ ਭੁੱਖਮਾਰੀ ਕਾਰਨ ਪੀੜਿਤ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਕੀਤਾ ਕਿਰਤੀ ਕਿਸਾਨ ਯੂਨੀਅਨ ਨੇ, ਅਸੀਂ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਿ ਪੰਜਾਬ ਦੇ ਹਰ ਖੇਤ ਤੱਕ 12 ਮਹੀਨੇ 30 ਦਿਨ ਨਹਿਰੀ ਪਾਣੀ ਮਿਲੇ, ਹਰ ਘਰ ਤੱਕ ਪੀਣ ਲਈ ਪਾਣੀ ਮਿਲੇ, ਔਰ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਹੱਲ ਹੋਵੇ, ਔਰ ਦੂਸਰਾ ਕਿ ਪੰਜਾਬ ਦੇ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ ਹਰਾ ਘੱਲੂਘਰਾ ਸਾਬਤ ਹੋ ਚੁੱਕਾ, ਪੰਜਾਬ ਦੇ ਵਿੱਚ ਕੁਦਰਤ ਅਤੇ ਕਿਸਾਨ ਪੱਖੀ ਜਿਹੜਾ ਖੇਤੀ ਮਾਡਲ ਹੈਗਾ ਉਹ ਉਸਾਰਿਆ ਜਾਵੇ, ਜਿਹੜੇ ਇਲਾਕੇ 'ਚ ਜਿਹੜੀਆਂ ਫਸਲਾਂ ਹੋ ਸਕਦੀਆਂ ਉਹ ਬਿਜਵਾਈਆਂ ਜਾਣ, ਸਮੁੱਚੀ ਖੇਤੀ ਪੈਦਾਵਾਰ ਦੀ ਖਰੀਦ ਦੀ ਜਿਹੜੀ ਹੈਗੀ ਆ ਉਹ ਗਰੰਟੀ ਹੋਵੇ, ਔਰ ਪੜਾਅਵਾਰ ਪੰਜਾਬ 'ਚ ਖੇਤੀ ਨੂੰ ਜ਼ਹਿਰ ਮੁਕਤ ਜਿਹੜਾ ਹੈਗਾ ਕੀਤਾ ਜਾਵੇ, ਔਰ ਇਹਦੇ ਨਾਲ ਹੀ ਜਿਹੜਾ ਭਾਰਤ ਪਾਕਿਸਤਾਨ ਦਾ ਹਸੈਨੀ ਵਾਲਾ ਅਤੇ ਵਾਹਗਾ ਬਾਰਡਰ ਆ ਉਹ ਖੋਲ੍ਹਿਆ ਜਾਵੇ। ਭਾਰਤ ਸਰਕਾਰ ਨੇ ਇਹ ਕਹਿ ਕੇ ਕਿ ਪਾਕਿਸਤਾਨ ਦਾ ਦੁਸ਼ਮਣ ਦੇਸ਼ ਹੈ, ਵਪਾਰ ਇੱਧਰੋਂ ਬੰਦ ਕੀਤਾ, ਜਦਕਿ ਦੂਜੇ ਪਾਸੇ ਗੁਜਰਾਤ ਤੋਂ ਅਡਾਨੀ ਦੀ ਬੰਦਰਗਾਹ ਰਾਹੀਂ ਪਾਕਿਸਤਾਨ ਨਾਲ ਵਪਾਰ ਹੋ ਸਕਦਾ, ਅਤੇ ਫਿਰ ਹਸੈਨੀ ਵਾਲਾ ਵਾਹਗਾ ਬਾਰਡਰ ਹੀ ਕਿਉਂ ਨਹੀਂ ਹੋ ਸਕਦਾ? ਪਾਕਿਸਤਾਨ ਦੇ ਵਿੱਚ ਇਹਨਾਂ ਦਿਨਾਂ 'ਚ ਸਬਜ਼ੀਆਂ ਨੂੰ ਅੱਗ ਲੱਗੀ ਹੋਈ ਆ, ਪੰਜਾਬ 'ਚ ਰੁੱਲ ਰਹੀਆਂ ਨੇ, ਜੇ ਵਪਾਰ ਖੁੱਲ੍ਹਦਾ ਤਾਂ ਪੰਜਾਬ ਦੀ ਕਿਸਾਨੀ ਨੂੰ, ਮਜ਼ਦੂਰਾਂ ਨੂੰ, ਇੱਥੋਂ ਦੇ ਟਰਾਂਸਪੋਰਟਰ ਨੂੰ, ਇੱਥੋਂ ਦੀ ਸਮੁੱਚੀ ਆਰਥਿਕਤਾ ਨੂੰ ਹੁਲਾਰਾ ਮਿਲ ਸਕਦਾ।
सकता, कला पाकिस्तानी मिडल ईस्ट तो यूरोप तक जोड़ा है व्यापार वो हो सकता। इन्हों मंगा के पंजाब के लड़ाई में जित तक पहुँचाने लिए अज इतने वही लहर जरा आगाज करने वास्ते इकट्ठे हुए हैं और ये जो सूबे के अधिकारा तो केंद्र लगातार डाके मार रहा। खेती सूबे का अधिकार आ, केंद्र कदे खेती कानून बना, पानी सूबे का अधिकार आ, डैम सेफ्टी एक्ट बना के भाखड़ा ब्यास मैनेजमेंट बोर्ड चो पंजाब नूं बाहर कढ़ दिता जांदा, लगातार पंजाब दे पानी खोहण दी कोशिश की जा रही आ। लॉ एंड ऑर्डर स्टेट सबजैक्ट आ, एन आई ए इत्थे आउंदी आ, एन एस ए तक लोकां ते लाया जांदा हैगा। तो ये सारिया मंगा ते और इहदे समाज के जे कारपोरेट घराणियां दे करजे माफ हुंदे, किसानां दे करजे ते वी लीक वजे, इस इहदे वास्ते लहर दा जसीर तों आगाज करन वास्ते जिहड़े इत्थे इकत्तर होए। मनुखी अधिकार मंच की एक अहम मीटिंग जिला इकाई मोहाली वालों एक मीटिंग एडवोकेट दीपाली बत्ता चीफ एडवाइजर लीगल सैल की प्रधानगी हेठ करवाई गई, जिस विच संस्था के कौमी प्रधान डॉक्टर जसवंत सिंह खेड़ा, कौमी कोआर्डीनेटर गुरकीरत सिंह खेड़ा, कौमी प्रधान यूथ विंग दविंदर बठिया, एडवोकेट रेनू ऋषि गौतम चेयरपर्सन इस्त्री विंग चंडीगढ़, राजेश कुमार चेयरमैन लीगल सैल चंडीगढ़, मांडवी सिंह चेयरपर्सन इस्त्री विंग पंजाब विशेष तौर पर पहुंचे हुए सन। इस मौके संस्था वालों कुछ नवीं नियुक्तियां की गई, जिन्हां विच कुलवीर कौर चेयरपर्सन इस्त्री विंग ब्लाक मोहाली, सरोज बाला जिला उप चेयरपर्सन इस्त्री विंग मोहाली लगा के शनाख्ती कार्ड अते नियुक्ति पत्र दे के सन्मानित किया गया। इस मौके संस्था के कौमी प्रधान डॉक्टर जसवंत सिंह खेड़ा ने कहा है कि लोगों नूं रोज़मर्रा जीवन विच वरतन वाली चीज़ां आम आदमी की पहुँच तो बाहर हैं। अज अमीर हो गरीब हो हुंदा जा रहा है, गरीब होर गरीब हुंदा जा रहा है। इस पाड़े नूं खत्म करन लई समूह लोकां नूं आपसी विचार करन लई इकट्ठे होण दी वी जरूरत है। ते नवें अहुदेदारां ने बोलदिआं कहा कि संस्था वल्लों जो सानूं मान सम्मान दित्ता गया असीं उस नूं हमेशा लई इमानदारी अते तनदेही नाल निभावांगे। होरनां तों इलावा मनप्रीत कौर, जसप्रीत सिंह, राजेश कुमार, जसवीर सिंह अते चरण सिंह आदि ने भी मीटिंग नूं संबोधन कीता। नमस्कार जी, मेरा नाम रेनू ऋषि गौतम है जी, मैं चेयरपर्सन दे अहुदे ते आं ह्यूमन राइट मंच ते। अज असी दो अपॉइंटमेंट्स कीतियां ने, सरोज वाला जी, कुलवीर कौर जी। सानू बड़ा माण महसूस हो रहा भी असी दोनों नू, असी मोहाली डिस्ट्रिक्ट च बहुत देर तो ये पोस्टां साडी खाली सीगियां ते असी इन्हां नू अपॉइंट करके बहुत खुशी महसूस कर रहे हैं। ह्यूमन राइट मंच च इन्हां दा बहुत बहुत वेलकम है जी, ते उम्मीद करते हैं ये अपना काम बहुत ईमानदारी नाल सुचजे ढंग नाल करनगे। सत श्री अकाल जी। सत श्री अकाल जी, मेरा नाम सरोज वाला है ते मैं इत्थे मनुखी अधिकार मंच दे विच डिस्ट्रिक्ट मोहाली तो वाइस चेयरमैन की पोस्ट पर मैनू इतने इन्हों ने पोस्ट दी है तो वो मैं थोड़ी सेवा में हर वक्त हाजिर रहांगी। इन्होंने वालों मैं बहुत मान सम्मान मिले तो मैं हर टाइम जो भी मैं बड़ी ईमानदारी जो भी काम हो कोई भी हो मैं पूरी ईमानदारी करा। खालसा वाहिगुरू जी की फतेह। मैं कुलबीर कौर, अज मनुखी अधिकार मंच में ज्वाइन करके बड़ी खुशी हुई है मैनू ते मैं हमेशा लोगों की सेवा में हाजिर रहांगी। कोई भी मतलब किसी तरह का भी काम होए तो मैं हमेशा तैयार रहूँगी। सत श्री अकाल जी, मैं एडवोकेट दीपाली बत्ता चीफ एडवाइजर वुमेन सेल मोहाली ह्यूमन राइट्स मंच तरफ तो अज असी दो नवे लोगों ने अपॉइंट किया है। असं आशा करते हैं कि इन्होंने बहुत मेहनत न काम करे, ईमानदारी दिखाएंगे तो अपने लोगों को होर इनकरेज करेंगे कि ह्यूमन राइट्स मंच न जुड़न। तो अज असं अपॉइंट किया है कुलवीर कौर न चेयरमैन वुमेन सेल मोहाली। एक असी दूसरी अपॉइंटमेंट की है सरोज बाला जी की वाइस चेयरमैन मोहाली की। तो असं आशा करते हैं कि ये ह्यूमन राइट्स मंच में अपना योगदान देंगे ईमानदारी। मनुखी अधिकार मंच के जिला पटियाला के ब्लाक समाणा के पिंड चौहट के सरकारी मिडल स्कूल विखे एक सन्मान समारोह कुलवंत कौर गिल जिला प्रधान इस्त्री विंग की प्रधानगी हेठ करवाया गया। तो इस मौके डॉक्टर जसवंत सिंह खेड़ा, कौमी प्रधान गुरकीरत सिंह खेड़ा, कौमी कोआर्डीनेटर परमजीत कौर उप चेयरपर्सन पंजाब, किरणदीप कौर गरेवाल प्रधान इस्त्री विंग जिला लुधियाना विशेष तौर पर पहुंचे हुए सन, जिस विच छेवीं क्लास तो अठवीं क्लास तक के पहले तीन स्थान हासिल करन वाले बच्चों सन्मान चिन्ह सर्टिफिकेट अते मैडल दे के सन्मानित किया गया। इस मौके डॉक्टर खेड़ा ने कहा है कि स्कूल दे नेड़े तेड़े आम देखण विच आउंदा है कि दुकानां ते खोखियां दे विच नशा नुमा पुड़ियां लोग धड़ाधड़ वेच रहे हैं, पर उन्हां वल किसे दा ध्यान नहीं जांदा। अज ओह हल्का नशा बच्चे खुश हो के खांदे हन अते कुछ समय बाद बच्चों नूं उन्हां दे आदि भी हो जांदे हन। ते उन्हां समूह सिविल सर्जनां नूं अपील की है कि स्कूल दे दायरे विच नेड़े तेड़े जेकर किते एदां दियां नशानुमा पुड़ियां वेचियां जांदियां तां उन्हां ते सख्त तो सख्त कार्रवाई की जाए।
ਤਾਂ ਜੋ ਉੱਭਰ ਰਹੇ ਬੱਚਿਆਂ ਅਤੇ ਉਹਨਾਂ ਦੀਆਂ ਜਵਾਨੀਆਂ ਨੂੰ ਬਚਾਇਆ ਜਾ ਸਕੇ। ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਤਿਅੰਤ ਜ਼ਰੂਰਤ ਹੈ ਅਤੇ ਇਸ ਮੌਕੇ ਸਕੂਲ ਹੈੱਡ ਟੀਚਰ ਜੁਗਰੀਤ ਕੌਰ ਨੂੰ ਵੀ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਕਿਰਨਪਾਲ ਕੌਰ, ਗੁਰਨਾਜ ਕੌਰ ਗਰੇਵਾਲ ਮੀਡੀਆ ਸਲਾਹਕਾਰ, ਮਹਿਲਾ ਸਿੰਘ, ਅਜੈਬ ਸਿੰਘ, ਪੂਰਨ ਸਿੰਘ, ਅਮਰਿੰਦਰ ਸਿੰਘ, ਫਤਿਹ ਸਿੰਘ, ਜਗਸੀਰ ਕੌਰ ਭੱਟੀ, ਜ਼ਿਲ੍ਹਾ ਪ੍ਰਧਾਨ ਮਲੇਰ ਕੋਟਲਾ, ਜੁਗਰੀਤ ਕੌਰ, ਗੁਰਜੀਤ ਕੌਰ, ਚਾਰੂ ਮਲਹੋਤਰਾ, ਲਖਵੀਰ ਸਿੰਘ, ਮਨਜੀਤ ਕੌਰ, ਜਗਜੀਤ ਸਿੰਘ, ਰਾਮ ਸਿੰਘ, ਨਿਰਮਲ ਸਿੰਘ, ਜਗਜੀਤ ਸਿੰਘ ਜੱਗੀ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਤੇ ਸਮੂਹ ਸਕੂਲ ਸਟਾਫ ਆਦਿ ਹਾਜ਼ਰ ਸਨ। ਸਾਨੂੰ ਸਮਾਜ ਸੇਵਕ ਬਣਨਾ ਪਵੇਗਾ ਅਗਰ ਅਸੀਂ ਆਪਣੇ ਇਸ ਨੌਜਵਾਨੀ ਨੂੰ ਦੇਖਣਾ ਚਾਹੁੰਦੇ ਹਾਂ। ਨਸ਼ਿਆਂ ਦਾ ਅੰਤ ਕਰਾਉਣ ਦੇ ਲਈ ਸਾਨੂੰ ਬੈਨਰ ਚੱਕਣਾ ਪਵੇਗਾ, ਪਰ ਇਹ ਚੀਜ਼ਾਂ ਉਦੋਂ ਫਿੱਕੀਆਂ ਪੈਂਦੀਆਂ ਨੇ ਜਦੋਂ ਸਾਡੇ ਹੀ ਲੋਕ ਸਮਾਜ ਸੇਵਾ ਦੀ ਗੱਲ ਕਰਨ ਤੋਂ ਬਾਅਦ ਰਾਜਨੀਤਿਕ ਲੋਕਾਂ ਦੀ ਗੱਲ ਕਰਦੇ ਨੇ। ਮੈਂ ਕਦੇ ਸੰਕੋਚ ਨਹੀਂ ਕਰਦਾ ਕਿਉਂਕਿ ਮੈਂ ਮਨੁੱਖੀ ਅਧਿਕਾਰ ਮੰਚ ਨੂੰ ਚਲਾ ਰਿਹਾ, ਲੋਕਾਂ ਦੇ ਨਾਲ ਚੱਲ ਰਿਹਾ। ਮਨੁੱਖੀ ਅਧਿਕਾਰ ਮੰਚ ਕਦੇ ਵੋਟ ਨਹੀਂ ਮੰਗਦਾ, ਇਹਨੇ ਰਾਜ ਨਹੀਂ ਕਰਨਾ, ਸਾਨੂੰ ਕੁਰਸੀ ਨਹੀਂ ਚਾਹੀਦੀ, ਪਰ ਲੇਕਿਨ ਸਾਨੂੰ ਚਾਹੀਦਾ ਕੀ ਆ, ਸਾਡਾ ਸਾਫ ਸੁਥਰਾ ਸਮਾਜ, ਇਹੋ ਜਿਹਾ ਸਮਾਜ ਜਿਸ ਸਮਾਜ ਦੇ ਅੰਦਰ ਸਮਾਜਿਕ ਕੁਰੀਤੀ ਦਾ ਨਾਂ ਨਾ ਹੋਵੇ, ਉਹ ਸਮਾਜ ਜਿਸ ਸਮਾਜ ਦੇ ਅੰਦਰ ਨਸ਼ਾਖੋਰੀ ਵਰਗੀਆਂ ਚੀਜ਼ਾਂ ਨਾ ਹੋਣ, ਉਹ ਸਮਾਜ ਜਿਸ ਸਮਾਜ ਦੇ ਅੰਦਰ ਰਿਸ਼ਵਤਖੋਰੀ ਨਾ ਹੋਵੇ। ਪਰ ਮੇਰੇ ਸਮਾਜ ਵਾਲਿਓ, ਇਹ ਸਮਾਜ ਲਿਆਓਗੇ ਕਦੋਂ, ਕਿਵੇਂ ਆਵੇਗਾ? ਰਾਜਨੀਤਿਕ ਲੋਕਾਂ ਦੇ ਪਿੱਛੋਂ ਬਣ ਕੇ ਨਹੀਂ ਆ ਸਕਦਾ, ਤੁਹਾਨੂੰ ਆਪਣਾ ਸਮਾਜ ਖੜਾ ਕਰਨਾ ਪਵੇਗਾ ਜਿਸ ਸਮਾਜ ਦੇ ਅੰਦਰ ਫੈਲੀਆਂ ਨਾ ਹੋਣ, ਸਮਾਜਿਕ ਕੁਰੀਤੀਆਂ ਨਾ ਹੋਣ। ਰਾਜ ਅਸੀਂ ਨਹੀਂ, ਉਹਨਾਂ ਲੋਕਾਂ ਨੇ ਕਰਨਾ ਹੈ, ਪਰ ਲੇਕਿਨ ਉਹਨਾਂ ਲੋਕਾਂ ਨੂੰ ਦੱਸਣ ਵਾਲੇ ਹੋਣੇ ਚਾਹੀਦੇ ਨੇ। ਕਣਕ ਦਾ ਸੀਜ਼ਨ ਆ ਗਿਆ ਤੇ ਫਸਲਾਂ ਕੱਟ ਕੇ ਮੰਡੀਆਂ ਵਿੱਚ ਵੇਚੀਆਂ ਜਾ ਰਹੀਆਂ ਹਨ। ਸਰਕਾਰ ਨੇ ਵੀ ਪੁਖਤਾ ਪ੍ਰਬੰਧ ਕੀਤੇ ਹਨ, ਪਰ ਤਰਨ ਤਾਰਨ ਦਾਣਾ ਮੰਡੀ ਦੀ ਹਾਲਾਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਟੈਂਡਰ ਕਾਰ ਕੋਲ ਟਰੱਕ ਨਾ ਹੋਣ ਕਰਕੇ ਕਣਕ ਦੀ ਚੁਕਾਈ ਵੀ ਨਹੀਂ ਹੋ ਰਹੀ ਤੇ ਬਾਰਿਸ਼ ਨਾਲ ਕਣਕ ਖਰਾਬ ਹੋ ਰਹੀ ਹੈ। ਪਰ ਗਲਤੀ ਇਹ ਆ ਵੀ ਟੈਂਡਰ ਕਾਰ ਇੱਕ ਬੋਰੀ ਹੁੰਦਾ ਕਿ ਨਹੀਂ ਹੁੰਦਾ, ਬੋਰੀ ਕੋਈ 2 ਲੱਖ ਪਏ ਗਈ ਅਜੇ ਮੰਡੀ ਦੇ ਵਿੱਚ, ਲਗਭਗ ਬਾਰਿਸ਼ ਦਾ ਮੌਸਮ ਆ, ਫਿਰ ਲੱਗਦਾ ਨਹੀਂ ਖਰਾਬ ਹੁੰਦੀ ਰਹੀ ਆ। ਨਹੀਂ ਸਰ, ਜਿਸ ਤਰ੍ਹਾਂ ਵੀ ਆੜਤੀਏ ਕੋਸ਼ਿਸ਼ ਕਰਦੇ ਆ ਕਿ ਚੱਕਾਂ ਦੇ ਤਰਪੈਲਾਂ ਵਗੈਰਾ ਪਾਉਂਦੇ ਹੀ ਆ, ਜਿਹੜੀ ਕੋਈ ਕਣਕ ਦੇ ਰੇਟਾਂ ਤੋਂ ਬਗੈਰ ਲੱਗੀ ਉਹ ਤਾਂ ਤੁਹਾਨੂੰ ਪਤਾ ਖਰਾਬ ਹੋਣੀ ਹੋਣੀ ਆ, ਤੇ ਬਾਕੀ ਤਕਰੀਬਨ ਸਾਰੀ ਜਿਹੜੀ ਕਣਕ ਦੇ ਰੇਟਾਂ ਤੇ ਲੱਗੀ ਹੋਈ ਆ। ਦੇਖੋ ਜੀ, ਤਰਨ ਤਾਰਨ ਰਫਲੀ ਅਸੀਂ 18 ਲੱਖ ਬੋਰੀ ਦੀ ਜਿਹੜੀ ਪਰਚੇਜ਼ ਕੀਤੀ ਸੀ, ਠੀਕ ਆ। ਜਿੰਨੇ ਵੀ ਸਾਡੇ ਕੋਲ ਇਸ ਵੇਲੇ ਜਿਹੜੀ ਸਾਡੀ 80% ਜਿਹੜੀ ਮੈਜੋਰਿਟੀ ਸਾਡੀ ਕਣਕ ਉਹ ਡਾਇਰੈਕਟ ਡਿਲੀਵਰੀ 'ਚ ਜਾ ਰਹੀ ਹੈ, ਜਿਹੜੀ ਕਿ ਐਸਸੀਐਨ ਦੇ ਗਡਾਊਨਸ ਵਿੱਚ ਆ। ਉਹ ਇੱਕ ਲਿਮਿਟਡ ਕੁਆਂਟਿਟੀ ਦੇ ਸਟੋਰੇਜ ਪੁਆਇੰਟਸ ਆ, ਜਿਹਦੇ ਕਾਰਨ ਉਹਦੇ ਇੱਕ ਲਿਮਿਟਡ ਸਪੀਡ ਵਿੱਚ ਹੀ ਉੱਤਰ ਰਹੇ ਆ। ਸੋ ਇਸ ਵੇਲੇ ਰਫਲੀ 2,30,000 ਅਰਾਊਂਡ ਜਿਹੜੀ ਬੋਰੀ ਆ ਉਹ ਮੰਡੀ ਦੇ ਵਿੱਚ ਪਈ ਆ, ਜਿਹੜੀ ਕਿ ਕੋਸ਼ਿਸ਼ ਕਰਨ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਵਿਦਿਨ 5-6 ਦਿਨਾਂ ਦੇ ਵਿੱਚ ਮੰਡੀ ਖਾਲੀ ਕਰ ਦਿੱਤੀ ਜਾਵੇ। ਈਵਨ ਹੁਣ ਅਸੀਂ ਡਾਇਰੈਕਟ ਡਿਲੀਵਰੀ ਦੇ ਗੋਦਾਮਾਂ ਤੋਂ ਬਿਨਾਂ ਅਸੀਂ ਹੁਣ ਹਰ ਏਜੰਸੀ ਦੇ, ਕਿਉਂਕਿ ਡਾਇਰੈਕਟ ਡਿਲੀਵਰੀ ਦਾ ਜਦੋਂ ਟਾਰਗੇਟ ਪੂਰਾ ਹੋਣ ਲੱਗਾ, ਇੱਕ ਪਿਛਲੇ ਸਾਲ ਤੋਂ ਜਿਹੜੀ ਕਰੋਪ ਆ ਉਹ ਵੀ ਜ਼ਿਲ੍ਹੇ ਵਿੱਚ 1,25,000 MD ਆਪਾਂ ਪਿਛਲੇ ਸਾਲ ਤੋਂ ਵੱਧ ਪਰਚੇਸ ਕੀਤੀ ਆ। ਸੋ ਅਸੀਂ ਹੁਣ ਕੁਛ ਆਪਣੇ ਗੋਦਾਮ, ਜਿਵੇਂ ਪੰਸਬ ਏਜੰਸੀ ਨੇ ਵੀ ਆਪਣਾ ਪਨ ਗਰੇਨ ਨੇ ਵੀ ਤੇ ਵੇਅਰ ਹਾਊਸ ਨੇ ਵੀ ਆਪਣੇ ਗੋਦਾਮ ਦੇ ਵਿੱਚ ਲੋਕਲ ਮੰਡੀ ਸ਼ੁਰੂ ਕਰ ਦਿੱਤੀ ਆ, ਤਾਂ ਕਿ ਇਹਨੂੰ ਹੋਰ ਸਪੀਡ ਅਪ ਹੋ ਜਾਵੇ। ਤਰਨ ਤਾਰਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕੁਝ ਦਿਨ ਪਹਿਲਾਂ ਮੁਹੱਲਾ ਮੁਰਾਦਪੁਰ ਵਿੱਚ ਗੋਲੀਆਂ ਚਲਾ ਕੇ ਨੌਜਵਾਨ ਫਰਾਰ ਹੋ ਗਏ ਸਨ ਤੇ ਅੱਜ ਮੁਖਬਰ ਖਾਸ ਦੀ ਇਲਾਹ ਤੇ ਇਹਨਾਂ ਨੂੰ ਇੱਕ ਨਾਕੇ ਦੌਰਾਨ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਪਾਸੋਂ ਇੱਕ ਦੇਸੀ ਪਿਸਤੌਲ, 32 ਬੋਰ, 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਤੇ ਪੁਲਿਸ ਮੁਤਾਬਕ ਹਾਲੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮਾਨਯੋਗ SSP ਸਰਦਾਰ ਗੁਰਮੀਤ ਸਿੰਘ ਚੌਹਾਨ ਦੀ ਦਿਸ਼ਾ ਨਿਰਦੇਸ਼ ਤੇ ਸਾਡੇ SHO ਸਿਟੀ ਤਰਨ ਤਾਰਨ ਨਾਲ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਨੇ ਨਾਕਾ ਲਾਇਆ ਸੀ। ਸਾਨੂੰ 2 ਬੰਦੇ ਜਿਹੜੇ ਸੀ, ਜੁਰਾਜ ਸਿੰਘ ਉਰਫ ਜੱਜਾ, ਅਜੇ ਘੋੜਾ, ਇਹ 2 ਜਿਹੜੇ ਮੋਟਰਸਾਈਕਲ 'ਤੇ ਜਾ ਰਹੇ ਸੀ। ਮੋਟਰਸਾਈਕਲ ਵੀ ਇਹਨਾਂ ਤੋਂ ਚੋਰੀ ਦਾ ਸੀ ਅਤੇ ਨਾਲ ਇੱਕ ਇਹਨਾਂ ਤੋਂ ਪਿਸਟਲ ਸੀ ਅਤੇ ਰੌਂਦ ਸੀ। ਇਹਨਾਂ ਨੇ ਕੁਛ ਦਿਨ ਪਹਿਲਾਂ ਆਪਣਾ ਇੱਥੇ ਇੱਕ ਵਾਰਦਾਤ ਕੀਤੀ, 307 ਦਾ ਮੁਕੱਦਮਾ ਇਹਨਾਂ ਦੇ ਦਰਜ ਸੀ ਅਤੇ ਜਿਹੜੇ ਇਹਨਾਂ ਦੇ ਪਹਿਲਾਂ ਵੀ ਮੁਕੱਦਮੇ ਦਰਜ ਆ, ਇਹਨਾਂ ਦੇ 6-6 ਮੁਕੱਦਮੇ ਦਰਜ ਆ, 1 ਮੁਕੱਦਮਾ ਇਹਨਾਂ ਦੇ 307 ਦਾ ਸਦਰ ਤਰਨ ਤਾਰਨ ਦਰਜ ਆ। ਬਾਕੀ ਮੁਕੱਦਮੇ ਇਹਨਾਂ ਦੇ 307 ਦਾ ਸਦਰ ਤਰਨ ਤਾਰਨ ਆ, 2021 ਦਾ ਆ, ਕੋਈ 20 ਦਾ ਆ, ਅਤੇ ਇਹ ਅੱਜ ਸਾਨੂੰ ਆਪਣਾ ਦੋਨੇ ਜਣੇ ਇਹਨਾਂ ਨੇ ਗ੍ਰਿਫਤਾਰ ਕੀਤੇ ਆ। ਇਹ ਬੱਸ ਸਟੈਂਡ ਸਾਈਡ ਵਾਲੇ ਆਪਣਾ ਨਾਕਾ ਲਾਇਆ ਸੀ ਉੱਧਰੋਂ, ਇਹ ਹੋਣਾ ਸੀ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਅਤੇ ਨਕਲੀ
ਕੁਛ ਬਰਾਮਦੀ ਇਹਨਾਂ ਕੋਲ ਇੱਕ ਪਿਸਟਲ ਹੋਇਆ ਤੇ ਨਾਲ ਆਪਣਾ ਚਾਰ ਰਾਉਂਡ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਖਿਲਾਫ ਵਿਡੇ ਮੁਹਿੰਮ ਤਹਿਤ ਥਾਣਾ ਸਿਟੀ ਮਲੈਟੋ ਐਲ ਸੂਰਤ ਤੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮਹਿਲਾ ਦਾ ਪਤੀ ਮੋਟਰਸਾਈਕਲ ਦੇ ਭੱਜਣ ਵਿੱਚ ਕਾਮਯਾਬ ਹੋ ਗਿਆ। ਪੰਜਾਬ ਦੇ DGP ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ ਹਰਨਵੀਰ ਸਿੰਘ ਗਿੱਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਮਲੋਟ ਦੇ ਉਪ ਕਪਤਾਨ ਬਲਕਾਰ ਸਿਨਾਬ ਦੀ ਦੇਖ ਰੇਖ ਹੇਠ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਔਰਤ ਨੂੰ 270 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ। ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ IPS DGP ਪੰਜਾਬ ਜੀ ਵੱਲੋਂ ਚਲਾਏ ਗਏ ਨਸ਼ਿਆਂ ਤਹਿਤ ਮੁਹਿੰਮ ਦੇ ਤਹਿਤ ਸ੍ਰੀ ਹਰਮਨਵੀਰ ਸਿੰਘ ਗਿੱਲ IPS SSP ਸ੍ਰੀ ਮੁਕਤਸਰ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਕੱਲ੍ਹ ਮਿਤੀ 25/5/23 ਨੂੰ ਥਾਣਾ ਸਿਟੀ ਮਲੋਟ ਦੀ ਪੁਲਿਸ, ਜਿਸ ਦੀ ਅਗਵਾਈ ਇਸ ਅੰਗਰੇਜ਼ ਸਿੰਘ ਕਰ ਰਿਹਾ ਸੀ, ਨੇ ਇੱਕ ਔਰਤ ਸੁਮਨ ਪਤਨੀ ਆਸ਼ੂ ਕੁਮਾਰ ਵਾਸੀ ਪਟੇਲ ਨਗਰ ਗਲੀ ਨੰਬਰ 4 ਮਲੋਟ ਪਾਸੋਂ 270 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰਬਰ 72 ਅਧੀਨ ਧਾਰਾ NDPS ਐਕਟ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਜਿਹੜਾ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਜਿਹੜੇ ਆ ਉਹ ਟਰੇਸ ਕੀਤੇ ਜਾ ਰਹੇ ਆ। ਮੌਕਾ ਤੋਂ ਦੋਸ਼ਨ ਸੁਮਨ ਕੁਮਾਰ ਦਾ ਪਤੀ ਆਸ਼ੂ ਕੁਮਾਰ ਜਿਹੜਾ ਮੋਟਰਸਾਈਕਲ 'ਤੇ ਸੀ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਸੀਗਾ। ਅੱਜ ਦੋਸ਼ਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਇਹਨਾਂ ਦੋਨਾਂ 'ਤੇ ਪਹਿਲਾਂ ਕੋਈ ਵੀ ਪਰਚਾ ਦਰਜ ਨਹੀਂ, ਹਾਲੇ ਉਹਦੀ ਗ੍ਰਿਫਤਾਰੀ ਨਹੀਂ ਹੋਈ, ਆਸ਼ੂ ਕੁਮਾਰ ਦੀ ਗ੍ਰਿਫਤਾਰੀ ਬਾਕੀ। ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ ਜਦੋਂ 3 ਪੁੱਤਾਂ ਦੀ ਮਾਂ ਘੋੜੇ ਦੇ ਤਬੇਲੇ ਵਿੱਚ ਗੰਦਗੀ ਦੇ ਢੇਰ 'ਤੇ ਰਹਿਣ ਲਈ ਮਜਬੂਰ ਸੀ, ਜਿੱਥੇ ਆਮ ਇਨਸਾਨ ਸਾਹ ਵੀ ਨਹੀਂ ਲੈ ਸਕਦੇ। ਇਸ ਬਜ਼ੁਰਗ ਦੀ ਨੂੰਹ ਪੁੱਤ ਸਾਰ ਨਹੀਂ ਲੈ ਰਹੇ, ਹੋਰ ਤਾਂ ਹੋਰ ਘੋੜੇ ਨੂੰ ਵੀ ਪੱਠੇ ਨਹੀਂ ਪਾਏ ਜਾਂਦੇ, ਉਸ ਨੂੰ ਵੀ ਕੂੜੇ ਦੇ ਢੇਰ ਵਿੱਚੋਂ ਹੀ ਸਬਜ਼ੀਆਂ ਦੇ ਛਿਲਕੇ ਖੁਆਏ ਜਾਂਦੇ ਹਨ। ਦਰਅਸਲ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਸ ਵਾਇਰਲ ਵੀਡੀਓ ਵਿੱਚ ਜਾਨਵਰਾਂ ਦੀ ਸੇਵਾ ਕਰਨ ਵਾਲੀ ਇੱਕ ਸੰਸਥਾ ਕੋਲ ਪੁੱਜੀ ਅਤੇ ਉਸ ਤੋਂ ਬਾਅਦ ਵਿੱਚ ਇਹ ਦੁਖਦਾਈ ਸੀਨ ਸਾਹਮਣੇ ਆਇਆ। ਬਹਰਹਾਲ ਨੂੰਹ ਪੁੱਤ ਖਿਲਾਫ਼ ਪੁਲਿਸ ਕਾਰਵਾਈ ਕਰ ਰਹੀ ਹੈ। ਗੁਰਮੀਤ ਕੌਰ, ਹਾਂਜੀ, ਕੀ ਆ ਤੁਸੀਂ ਕੌਣ ਜੇ ਤੇ ਬਜ਼ੁਰਗ ਤੁਹਾਡੇ ਕੀ ਲੱਗਦੇ ਨੇ? ਮੈਂ ਇਹਦੀ ਧੀ ਆ। ਕੀ ਗੱਲ, ਇੰਨੇ ਪੁੱਤਰ ਹੋਣ ਦੇ ਬਾਵਜੂਦ ਵੀ ਗੰਦਗੀ 'ਚ ਰਹਿੰਦੀ ਆ ਮਾਂ, ਕੀ ਕਾਰਨ ਆ? ਉਹ ਕਹਿਣਾ ਨਹੀਂ ਮੰਨਦੇ ਹੈਗੇ। ਕੌਣ? ਪੁੱਤਰ ਨਹੀਂ ਕਹਿਣਾ ਮੰਨਦੇ ਹੈਗੇ। ਇੰਨੀ ਬੋਝ ਬੈਠੀ ਆ ਮਾਂ, ਗੱਲ ਹੀ ਨਹੀਂ ਸੁਣਦੇ ਤੇ ਇਹ ਆ ਕਰ ਲਾਉਂਦੀ ਆ ਨਾ, ਤੇ ਸੁਣਦੇ ਨਹੀਂ, ਆਉਂਦੇ ਵੀ ਅਸੀਂ ਵੱਖ ਬਾਰਿਆ ਜਗ੍ਹਾ ਵੰਡ ਦਿੱਤੀ ਆ, 3 ਹਿੱਸੇ ਕੀਤੇ ਆ ਇਹਨੇ ਤੇ ਇੱਕ ਧੀ ਦਾ ਕੱਢਿਆ ਵਾ, ਤੇ ਮੇਰੇ ਵੀ ਵੈਰ ਪਏ ਰਹਿੰਦੇ ਆ। ਤੁਹਾਡੇ ਵੈਰ ਕਿਉਂ ਪਏ ਰਹਿੰਦੇ? ਆਂਦੇ ਆ ਵੀ ਤੂੰ ਆਪਣੇ ਘਰ ਜਾ, ਮਾਰ ਭਾਵੇਂ ਜੀ ਆਪਣੇ ਘਰ ਦਾ। ਤੇ ਇਹ ਵਿਚਾਰੀ ਨੇ ਆਪਣਾ ਆਸਰਾ ਬਣਾਇਆ ਦਾ, ਤੇ ਮੈਨੂੰ ਸਾਂਭਦੀ ਆ, ਤੇ ਇਹ ਇਹਦਾ ਕੋਈ ਹੱਲ, ਜੇ ਕੋਈ ਹੱਲ ਹੈਗਾ ਤੇ ਕਰੋ ਇਹਦਾ। ਇਹ ਅਸੀਂ ਸ਼ਮਸ਼ੇਰ ਸਿੰਘ ਥਾਣਾ ਗੇਟ ਕੀਮਤ ਤੋਂ, ਇੱਥੇ ਘੋੜਾ ਜਿਹੜਾ ਵਾ ਜ਼ਖਮੀ ਹਾਲਤ 'ਚ ਆ, ਘੋੜੇ ਦਾ ਮਾਲਕ ਜਿਹੜਾ ਟੈਣੀ ਆ ਉਹਦੇ ਘਰ 'ਚ ਗੰਦਗੀ ਪਈ ਆ, ਉਹਦੀ ਮਾਤਾ ਵੀ ਬਿਮਾਰ ਆ, ਔਰ ਅਸੀਂ ਵੇਖ ਰਹੇ ਹਾਂ, ਅਫਸਰਾਂ ਨਾਲ ਗੱਲ ਕਰਕੇ ਦੱਸਾਂਗੇ ਵੀ ਘੋੜੇ ਦਾ ਇਲਾਜ ਅਸੀਂ ਕਰਾਉਂਦੇ ਹਾਂ ਜਾਂ ਕੋਈ ਐਨੀਮਲ ਲਵਰ ਸੰਸਥਾ ਜਿਵੇਂ ਆਈਆਂ ਵਾ ਜਾਂ ਉਹ ਕਰਨਗੀਆਂ। ਜਿਵੇਂ ਵੀ ਇਹ ਮਾਮਲਾ ਕੋਈ ਮੈਟਰ ਅਫਸਰਾਂ ਦੇ ਧਿਆਨ 'ਚ ਲਿਆਤਾ ਵਾ, ਬਾਕੀ ਗੱਲ ਕਰਕੇ ਜਿਸ ਤਰ੍ਹਾਂ ਵੀ ਇਹ ਘੋੜੇ ਦਾ ਮਾਲਕ ਸੈਟਿਸਫਾਈ ਹੋਊਗਾ ਤੇ ਵੇਖ ਲਾਂਗੇ, ਉਸ ਹਿਸਾਬ ਨਾਲ ਕਾਰਵਾਈ ਕਰ ਦੇਣਗੇ। ਮਾਤਾ ਵਿਚਾਰੀ ਬਜ਼ੁਰਗ ਆ, ਬਿਮਾਰ ਆ, ਬਜ਼ੁਰਗ ਅਵਸਥਾ 'ਚ ਆ, ਕੁਦਰਤੀ ਤੌਰ 'ਤੇ ਬਿਮਾਰ ਨੈਚੁਰਲੀ, ਉਹਦੀ ਦਵਾਈ ਦਰੂ ਕਰਨ ਦੇ ਆ। ਦੇਖੋ ਜੀ, ਉਹ ਕੋਈ ਇਹੋ ਜਿਹੀ ਗੱਲ ਨਹੀਂ, ਮੇਰੇ ਸਾਹਮਣੇ ਨਹੀਂ ਕੋਈ ਇਹੋ ਜਿਹਾ ਮੈਟਰ ਆਇਆ ਵੀ ਕੋਈ ਤੰਗ ਪਰੇਸ਼ਾਨ ਕਰਨ ਵਾਲੀ। ਬਾਕੀ ਜੇ ਕੋਈ ਉਹਨਾਂ ਦਾ ਕੋਈ ਫੈਮਿਲੀ ਮੈਟਰ ਹੋਊ, ਕੋਈ ਭੈਣ ਭਰਾਵਾਂ ਦਾ, ਉਹ ਸਾਨੂੰ ਪਤਾ ਨਹੀਂ। ਠੀਕ ਹੈ ਜੀ, ਸਾਨੂੰ ਤਾਂ ਜਿਹੜੀ ਇਨਫੋਰਮੇਸ਼ਨ ਮਿਲੀ ਘੋੜੇ ਸੰਬੰਧੀ, ਉਹਦੇ ਸੰਬੰਧੀ ਆਏ ਹਾਂ, ਦੇਖ ਰਹੇ ਹਾਂ, ਅਫਸਰਾਂ ਨਾਲ ਵੀ ਗੱਲ ਕਰਦੇ ਪਏ ਹਾਂ, NGO ਨਾਲ ਵੀ ਗੱਲ ਕਰ ਰਹੇ ਹਾਂ ਵੀ ਜੇ ਘੋੜੇ ਦਾ ਉਹ ਇਲਾਜ ਕਰਾ ਦੇਣਗੇ ਚੀਫ ਐਂਡ ਬੈਸਟ ਆ, ਨਹੀਂ ਤਾਂ ਫਿਰ ਦੇਖਦੇ ਹਾਂ ਅਫਸਰਾਂ ਨਾਲ ਗੱਲ ਕਰਾ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ, ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ, ਰੱਬ ਰਾਖਾ।